ਸੱਚੀ ਗੱਲ ਜੀ ਅੱਜ ਤੁਹਾਨੂੰ ਦੱਸਦੇ ਆਂ ਆਸਟ੍ਰੇਲੀਆ ਦੇ ਵਿੱਚ ਟਰੱਕਾਂ ਲਾਡ ਕਿਦਾਂ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਇਹ ਮਸ਼ੀਨ ਦੇਖ ਰਹੇ ਹੋ ਇਸ ਦਾ ਨਾਮ ਆ ਫੋਕ ਲਿਫਟ 10 15 ਬੰਦਿਆਂ ਦਾ ਕੰਮ ਇਕੱਲੀ ਕਰੀ ਜਾਂਦੀ ਆ ਇਹਨੂੰ ਸਿਰਫ ਇੱਕ ਬੰਦਾ ਹੀ ਹੈਂਡਲ ਕਰਦਾ ਆ ਤੇ ਮੈਂ ਫ੍ਰੀ ਬੈਠਾ ਸੀਗਾ ਮੇਰੇ ਟਰੱਕ ਦੀ ਅਜੇ ਵਾਰੀ ਨਹੀਂ ਸੀ ਆਈ ਸਾਹਮਣੇ ਇੱਕ ਟਰੱਕ ਖਾਲੀ ਹੋ ਰਿਹਾ ਸੀਗਾ ਮੈਂ ਕਿਹਾ ਚਲੋ ਆਪਾਂ ਇਹਦੀ ਵੀਡੀਓ ਸ਼ੂਟ ਕਰ ਲੈਨੇ ਆਂ ਸਾਨੂੰ ਇਹ ਇੱਥੇ ਬਿਠਾ ਦਿੰਦੇ ਨੇ ਇੱਥੇ ਡਰਾਈਵਰ ਜ਼ੋਨ ਬਣਿਆ ਹੁੰਦਾ ਅਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਇਹ ਬਹੁਤ ਜ਼ਿਆਦਾ ਸੇਫਟੀ ਦਾ ਧਿਆਨ ਰੱਖਦੇ ਨੇ ਵੈਸੇ ਤਾਂ ਨੋਰਮਲੀ ਫੋਕ ਲਿਫਟ ਇੱਕ ਜਾਂ ਦੋ ਪੈਲੇਟ ਚੱਕਦੀ ਹੈ ਪਰ ਇਹਦੇ ਚਾਰ ਲੱਗੇ ਹੋਏ ਸੀਗੇ ਅੱਗੋਂ ਇਹਨੇ ਚਾਰ ਪੈਲੇਟ ਚੱਕ ਲਏ ਇਕੱਠੇ ਹੀ ਮਤਲਬ ਦੋ ਦੇ ਉੱਤੇ ਦੋ ਸਟੈਕ ਸੀਗੇ ਤਾਂ ਕਰਕੇ ਇਹਨੇ ਚਾਰ ਚੱਕ ਲਏ ਤੇ ਘੱਟੋ ਘੱਟ ਵੀ ਇੱਕ ਇੱਕ ਟਨ ਦਾ ਇੱਕ ਪੈਲੇਟ ਹੋਣਾ ਚਾਰ ਟਨ ਦੇ ਨਾਲ ਦੀ ਨਾਲ ਕੱਲੀ ਚੱਕੀ ਲੱਗੀ ਦੇਖੋ ਕਿੰਨੇ ਸਮੂਥਲੀ ਉਹ ਜਾ ਰਿਹਾ ਆ ਸੋ ਆਸਟ੍ਰੇਲੀਆ ਚ ਇਦਾਂ ਟਰੱਕਾਂ ਨਾਲ ਲੋਡ ਹੁੰਦੇ ਆ